ਪੀਰਾਂ ਦਿਆ ਪੀਰਾ ਹੋਰੀ ਆਖ ਸੁਣਾਵਾ ਕੀ ਸੁਣ ਫਰਿਆਦ ਪੀਰਾਂ ਦਿਆ ਪੀਰਾ ਹੋਰੀ ਆਖ ਸੁਣਾਵਾ ਕੀਨੂੰ ਹੋ ਤੈ ਜਿਆ ਮੈਨੂੰ ਹੋਰ ਨਾ ਕੋਈ ਅਤੇ ਮੈਂ ਜੇ ਲੱਗ ਤੈਨੂੰ ਤੈ ਜਿਆ ਮੈਨੂੰ ਹੋਰ ਨਾ ਕੋਈ ਅਤੇ ਮੈਂ ਪ੍ਰਥਮ ਗੁਰਾਂ ਜੀ ਕੋ ਵੰਦਨਾ ਦ੍ਵਿਤੀਯ ਆਦਿ ਗਣੇਸ਼ ਤ੍ਰਿਤੀਯ ਸਿਮਰੀਏ ਸ਼ਾਰਦਾ ਮੋਰੇ ਕੰਠ ਕਰੋ ਪਰਵੇਸ਼ ਮੋਰੇ ਕੰਠ ਕਰੋ ਪਰਵੇਸ਼ ਅਨੰਦ ਕੋਟੀ ਬ੍ਰਹਮਾ ਹਰੀ ਦੇਵਾ ਗਣਪਤੀ ਗਣੇਸ਼ ਬਣਾਏ ਹੋਰੀ ਦੇਵਾ ਯਸ਼ੋਦਾ ਨੇ ਹਨਾ ਉਹ ਦੇਖੋ ਕਹਿ ਰਹੀ ਹਾਂ ਜੀਓ ਵਾਰੇ ਵਾਰੇ ਜਾਊ ਮੈਂ ਤੇਰੇ ਭਾਈ ਚਲੋ ਕਿਸਨੇ ਦੀ ਆਤਮਾ ਬਤਾ ਦੇ ਭਾਈ ਮਾਤਾ ਪਾਰਵਤੀ ਨੇ ਮਾਤਾ ਗੌਰਾਂ ਨੇ ਦੋਨੋਂ ਹੱਥ ਉੱਪਰ ਗਿਰ ਗਏ ਤਾਲੀਆਂ ਦੇ ਨਾਲ ਮਾਤਾ ਗੌਰਾਂ ਨੇ ਤੁਝੇ ਜਨਮ ਦਿਓ ਮਾਤਾ ਗੌਰਾਂ ਨੇ ਗਣਪਤੀ ਮਹਾਰਾਜ ਕੀ ਕਸਮ ਦੋਨੋਂ ਹੱਥ ਉੱਪਰ ਕਰੇਗਾ ਤਾਲੀਆਂ ਬਜਾਏਗਾ ਮੇਰੇ ਸਾਥ ਗਾਏਗਾ ਕਿਆ ਕਹਿਣਾ ਹੈ ਪਾਨ ਚੜੇ ਫੂਲ ਪਾਨ ਚੜੇ ਫੂਲ ਚੜੇ ਇਨਕੇ ਗਲੇ ਬੈਠੇ ਹੋਏ ਹੈ ਹਾਂ ਇੱਕ ਵਾਰ ਫਿਰ ਕੋਸ਼ਿਸ਼ ਕਰ ਲੋ ਚਲੋ ਪਾਨ ਚੜੇ ਫੂਲ ਚੜੇ ਥੋੜੀ ਸੀ ਆਵਾਜ਼ ਆ ਗਈ ਤੂੰ ਵੀ ਬਈ ਇਧਰ ਮਾਰੇ ਭਾਈ ਬੈਠੇ ਦੋਨੋਂ ਹੱਥ ਉੱਪਰ ਕਰੋ ਹਾਂ ਪਾਨ ਚੜੇ ਫੂਲ ਚੜੇ ਅਰੇ ਪਾਨ ਚਣੇ ਫੂਲ ਚਣੇ ਔਰ ਚਣੇ ਮੇਵਾ ਲੱਡੂਆਂ ਕਾ ਭੋਗ ਲਗੇ ਸੀ ਇੱਕ ਦੰਤੀ ਦਇਆ ਇੱਕ ਦੰਤੀ ਦਇਆਵੰਤ ਅਰੇ ਇੱਕ ਦੰਤੀ ਦਇਆਵੰਤ ਚਾਰ ਬੁਝਾ ਧਾਰ ਮਾਤੇ ਸਿਦੂਰ ਸੋਹੇ ਪੁਰਸ਼ ਦੀ ਸਵਾਰ ਆਇਆ ਆਜਕ ਕਬੂਤ ਦੇ ਕਮਾ ਗਣੇਸ਼ ਬਣਾਇਆ ਮੋਰੀ
आधार पर जिसके ऊपर ये सारी सृष्टि टिकी है, जो जो बाबा को मनाने आए हैं और जो जो बाबा से प्यार करते हैं, जरा दोनों हाथ ऊपर करें बिल्कुल सीधे हाथ और तालियां बजा के मेरे साथ कहें नमो नमः नमो नमः नमो नमः नमो नमः। सवाल कर दे और सबको निहाल कर दे।